ਮਰੀਮ ਨਿਵਾਸ ਜਿਹੜੀ ਇਹਨਾਂ ਕਾਨਫਰੰਸ 'ਚ ਕਹਿ ਰਹੀ ਸੀ ਕਿਮਰਾਨ ਖਾਨ ਨੂੰ ਬੋਲੋ ਆਪਣੇ ਬੇਟੂ ਕੋ ਲੈ ਕੇ ਆਏ ਲੋਕੋ ਕੇ ਬੇਟੋ ਕੋ ਕਿਉਂ ਅੱਗੇ ਕੀ ਹੈ ਆਪਣੇ ਬੇਟੋ ਕੋ ਠੰਡ ਮੇ ਰੱਖਾ ਹੋਇਆ ਹੈ ਲੋਕੋ ਕੇ ਬੇਟੋ ਕੋ ਗਰਮੀਓਂ ਮੇ ਲੈ ਕੇ ਆ ਰਹਾ ਗਸ਼ਤੀਏ ਕਜਰੀਏ ਅਕ ਕੰਜਰੀਏ ਸੂਰਦੀਏ ਚੋਦੀਏ ਤੂੰ ਕੀ ਸਮਝ ਨਹੀਂ ਹੈ Imran Khan ਦੇ ਬੱਚਿਆਂ ਨੂੰ ਸਾਡੇ ਪਾਕਿਸਤਾਨ ਦੀ ਜ਼ਰੂਰਤ ਹੈ ਜਾਂ Imran Khan ਨੂੰ ਆਪਣੇ ਬੱਚਿਆਂ ਨੂੰ ਅੱਗੇ ਲਿਉਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਗਾੰਡੂ ਭੈਣ ਚੋਦ ਤੇਰਾ ਬਾਪ ਤੈਨੂੰ ਗਸ਼ਤੀ ਨੂੰ ਲੈ ਕੇ ਆਇਆ ਤੇਰੇ ਥੱਲੇ ਜਿਹੜੀ ਇੱਕ ਲੱਗੀ ਨਾ ਇੰਨੀ ਕ ਉਹਨੂੰ ਇੰਨੀ ਕ ਅੱਗ ਲੱਗੀ ਹੈ ਉਹਦੇ ਤੇ ਇੰਨੇ ਅਮਰੀਕਨ ਪਾਕੀ ਚੜ ਚੁਕੇ ਨੇ ਜਨਰਲ ਕਰਨਲ ਇਹਨੇ ਅਰਬੀਆਂ ਕੋਲ ਤੂੰ ਆਪਣਾ ਟੰਗਾ ਆਪਣੀਆਂ ਚੁਕਵਾ ਚੁਕੀਆਂ ਲੇਕਿਨ ਤੈਨੂੰ ਅਜੇ ਤੱਕ ਸਬਰ ਨਹੀਂ ਆਉਣ ਰਿਆ ਇੰਨੀ ਤੂੰ ਹਲਕੀ ਹੋਈ ਹੈ ਕਿ ਹੁਣ ਤੂੰ ਇਮਰਾਨ ਖਾਨ ਦੇ ਪਿੱਛੇ ਪੈ ਗਈ ਹੁਣ ਤੇਰਾ ਦਿਲ ਕਰਦਾ ਪਠਾਨ ਨੂੰ ਇਸਤੇਮਾਲ ਕਰਨ ਨੂੰ ਤੇ ਪਠਾਨ ਹੈ ਜੀ ਇਹ ਗੰਦੀਆਂ ਜਿਹੜੀਆਂ ਨਾ ਪਹਿਲੇ ਲੋਕਾਂ ਦੀਆਂ ਇੰਨੀਆਂ ਚਗਲੀਆਂ ਹੋਈਆਂ ਜਿਹੜੀਆਂ ਨਾ ਉਹਨੇ ਹੀ ਇਸਤੇਮਾਲ ਕਰਦਾ ਓਕੇ ਉਹਦਾ ਟਾਈਮ ਲੰਘ ਗਿਆ ਉਹ ਸ਼ਰੀਫ ਆਦਮੀ ਹੋ ਗਿਆ ਉਹਨੇ ਜਵਾਨੀ ਦੇ ਵਿੱਚ ਬਹੁਤ ਕੁਝ ਤੇਰੇ ਵਰਗੀਆਂ ਕਈ ਰੰਡੀਆਂ ਆਪਣੇ ਪੈਰਾ ਥੁੱਲੇ ਨਗਾ ਕੇ ਨਾ ਤੇ ਹੁਣ ਉਹ ਸ਼ਰੀਫ ਹੋ ਗਿਆ ਓਕੇ ਉਹਨੋਂ ਇੱਕ بیوی ਦੇ ਉੱਤੇ ਉਹ ਬੁਸ਼ਰਾ ਬੇਗਮ ਦੇ ਨਾਲ ਬਹੁਤ ਖੁਸ਼ ਹੈ ਬੜਾ ਰਾਜ਼ੀ ਹੈ ਤੇ ਤੂੰ ਤੂੰ ਗਸ਼ਤੀਏ ਉਹ ਉਹ ਉਹਦੇ ਪੁੱਤਰਾ ਤੱਕ ਜੂ ਜਾਣੀ ਪਈ ਹੈ ਕਿ ਉਹਨਾਂ ਨੂੰ ਠੰਡ 'ਚ ਬਿਠਾਇਆ ਤੇ ਲੋਕਾਂ ਦੇ ਬੱਚਿਆਂ ਨੂੰ ਤੂੰ ਧੁੱਪ 'ਚ ਰੱਖਿਆ ਤੂੰ ਗਸ਼ਤੀਏ ਆਪਣੀ ਗੱਡੀ ਦੇ ਵਿੱਚੋਂ ਨਿਕਲ ਆਪਣੀ ਗੱਡੀ ਦਾ ਏਸੀ ਬੰਦ ਕਰਨਾ ਤੂੰ ਗਸ਼ਤੀਏ ਆਪਣੇ ਬਾਥਰੂਮ ਦੇ ਵਿੱਚ ਤੱਕ ਵੀ ਤੁਸੀਂ ਏਸੀ ਲਗਵਾਏ ਨੇ ਆਪਣੇ ਏਸੀ ਬੰਦ ਕਰੋ ਨਾ ਲੋਕਾਂ ਨੂੰ ਤੁਸੀਂ ਲੋਡ ਸ਼ੀਡਿੰਗ ਦੇਂਦੇ ਪਏ ਨਾ ਹਰਾਮਜ਼ਾਦੀਏ ਕੁੱਤੀਏ ਗਸ਼ਤੀਏ ਉਹ ਗਸ਼ਤੀਏ ਰੰਡੀਆਂ ਕਿਸੇ ਗਸ਼ਤੀ ਮਾਦੀਏ ਤੇ ਇਹ ਪਤਾ ਨਹੀਂ ਤੁਹਾਡੇ ਲੋਕਾਂ ਦੀ ਕਿੱਥੇ ਅੜੀ ਹੈ ਅੱਲਾਹ ਪਾਕ ਨੇ ਤੁਹਾਡੀ ਕਿੰਨੀ ਕੁ ਡੋਰੀ ਖੁੱਲੀ ਛੱਡੀ ਹੈ ਲੇਕਿਨ ਹੁਣ ਤੇ ਤੇਰਾ ਥੱਲਾ ਉੱਤਾਂ ਪਾੜ ਕੇ ਨਾ ਤੈਨੂੰ ਵੀ ਇੱਥੋਂ ਕੱਢਣਾ ਤੇ ਤੇਰਾ ਜਿਹੜਾ ਉਹ ਕਜ਼ਨ ਲਈ ਫੇਨੀ ਨਾ ਗਸ਼ਤਾ ਗਾੰਡੂ ਉਹ ਗਾੰਡੂ ਭੈਂਚੋ ਤੇ ਚਾਚਾ ਗਾੰਡੂ ਭੈਂਚੋ ਜਿਹੜਾ ਮੁਰਸ਼ੇ ਵਾਲੀ ਵਰਦੀ ਪਾ ਕੇ ਤੇ ਅੱਗੇ ਪਿੱਛੇ ਭੱਜਾ ਫਿਰਦਾ ਨਾ ਸਾਰਿਆਂ ਦੀ ਪਾੜ ਕੇ ਪਾਕਿਸਤਾਨ ਦੇ ਵਿੱਚੋਂ ਤੁਹਾਨੂੰ ਕੱਢਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਪਾਕਿਸਤਾਨ ਨਾ ਹੁਣ ਜ਼ਿੰਦਾ ਹੋ ਗਿਆ ਹੁਣ ਜਾਗ ਉੱਠਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਰਾਈਟਸ ਕੀ ਨੇ ਔਰ ਤੁਸੀਂ ਲੋਕਾਂ ਨੇ ਇੰਨੇ ਸਾਲ ਪਾਕਿਸਤਾਨ ਨੂੰ ਖਾਦਾ ਤੇ ਹੁਣ ਤੇ ਤੁਹਾਨੂੰ ਖਾਣ ਨਹੀਂ ਦੇਣਗੇ ਹੁਣ ਤੁਹਾਨੂੰ ਨਾ ਚੀਰ ਪਾੜ ਕਰਕੇ ਨਾ ਤੇ ਤੁਹਾਨੂੰ ਪਾਕਿਸਤਾਨ ਚੋਂ ਕੱਢੋਗੇ ਕੱਢਣਾ ਕਿੰਨੀ ਕੁ ਇਮਰਾਨ ਖਾਨ ਨੇ ਤੁਹਾਡੀਆਂ ਸਾਰੀਆਂ ਜੇ ਤੁਹਾਡੀਆਂ ਅਗਲੀਆਂ ਪਿਛਲੀਆਂ ਸਭ ਮੋਰੀਆਂ ਬੰਦਨਾ ਨਾ ਕੀਤੀਆਂ